ਦੋ ਚੀਜ਼ਾਂ ਨੇ, ਜਾਂ ਤਾਂ ਜਾ ਕੇ ਹੱਥ ਪੈਰ ਜੋੜ ਕੇ ਕੰਮ ਮੰਗ ਲਓ ਅਤੇ ਜਾਂ ਲੋਕਾਂ ਦੀ ਲੋੜ ਬਣ ਜਾਓ। ਜੀ ਤੁਸੀਂ ਫੇਮਸ ਪੰਜਾਬ ਟੀਵੀ ਨੂੰ ਵੇਖਣਾ ਸ਼ੁਰੂ ਕਰ ਚੁੱਕੇ ਹੋ ਅਤੇ ਮੈਂ ਹਾਂ ਸੋਹੇਲ ਖਾਨ। ਅਤੇ ਦੋਸਤੋ, ਆਪ ਜੀ ਤੱਕ ਅਸੀਂ ਪੰਜਾਬੀ ਇੰਡਸਟਰੀ ਦੇ ਮੁਤਲਕ ਬਹੁਤ ਸਾਰੀਆਂ ਖਬਰਾਂ ਪਹੁੰਚਾਉਂਦੇ ਹਾਂ ਅਤੇ ਜਿਹੜੇ ਵੀ ਪੰਜਾਬੀ ਸਿਨੇਮੇ ਨੂੰ ਪਿਆਰ ਕਰਦੇ ਹਾਂ ਉਹਨਾਂ ਲਈ ਇਹ ਖੁਸ਼ਖਬਰੀ ਹੈ ਕਿ ਅੱਜ ਜਿਹੜਾ ਕਿ ਪੰਜਾਬੀ ਸਿਨੇਮਾ ਦਿਵਸ ਮਨਾਇਆ ਜਾ ਰਿਹਾ ਅਤੇ ਇਸ ਮੌਕੇ 'ਤੇ ਮੇਰੇ ਨਾਲ ਕਰਤਾਰ ਚੀਮਾ ਜੋ ਕਿ ਬਹੁਤ ਵਧੀਆ ਬਹੁਤ ਹੀ ਕਮਾਲ ਦਾ ਐਕਟਰ ਹੈ, ਅਸੀਂ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਅਤੇ ਇਸ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ। ਭਾਅ ਜੀ, ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ। ਜ਼ਿੰਦਗੀ ਦਾ ਸਫ਼ਰ ਕਿਵੇਂ ਚੱਲ ਰਿਹਾ? ਬਹੁਤ ਵਧੀਆ ਚੱਲਦਾ, ਜਿਵੇਂ ਲੋਕਾਂ ਦਾ ਚੱਲਦਾ ਕੋਵਿਡ ਤੋਂ ਬਾਅਦ, ਸਭ ਠੀਕ ਆ। ਪੰਜਾਬੀ ਸਿਨੇਮੇ ਲਈ ਅੱਜ ਜਿਹੜਾ ਕਿ ਪੰਜਾਬੀ ਸਿਨੇਮਾ ਦਿਵਸ ਹੈ ਪ੍ਰੈਸ ਕਲੱਬ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਅਤੇ ਮੈਂ ਚਾਹੂੰਗਾ ਕਿ ਉਹਦੇ ਬਾਬਤ ਅਸੀਂ ਪਹਿਲਾਂ ਗੱਲ ਕਰ ਲਈਏ। ਬਿਲਕੁਲ ਜੀ, ਪੰਜਾਬੀ ਸਿਨੇਮੇ ਦਾ ਇਤਿਹਾਸ ਮੈਨੂੰ ਲੱਗਦਾ ਸਾਰੇ ਪੰਜਾਬ ਜਿਹੜੇ ਵੀ ਹਿੰਦੁਸਤਾਨ ਦੇ ਵੀ ਓਰੀਜਨਲ ਸਿਨੇਮੇ ਚੱਲਦੇ ਆ, ਸਭ ਤੋਂ ਵੱਧ ਪੁਰਾਣਾ ਇਤਿਹਾਸ ਪੰਜਾਬੀ ਸਿਨੇਮੇ ਦਾ। ਪੰਜਾਬੀ ਮਾਂ ਬੋਲੀ ਮੈਨੂੰ ਲੱਗਦਾ ਕਿ ਸਾਰਿਆਂ ਦੀ ਮਦਰ ਦੇ ਥਾਂ 'ਤੇ ਜਾ ਕੇ ਬੈਠਦੀ ਹੈ। 1935 ਦੇ ਵਿੱਚ 29 ਮਾਰਚ ਨੂੰ ਜੋ ਪੰਜਾਬੀ ਦੀ ਪਹਿਲੀ ਫਿਲਮ ਹੈ ਹੀਰ ਮਿਰਜ਼ਾ ਸਾਹਿਬਾਂ, ਉਹ ਲਾਹੌਰ ਦੇ ਵਿੱਚ ਰਿਲੀਜ਼ ਕੀਤੀ ਗਈ, ਪੰਜਾਬ ਦੇ ਵਿੱਚ ਰਿਲੀਜ਼ ਕੀਤੀ ਗਈ, ਜਦੋਂ ਸਾਂਝਾ ਪੰਜਾਬ ਸੀਗਾ, ਵਿੱਚ ਕੰਧਾਂ ਨਹੀਂ ਸੀ। ਪੰਜਾਬੀ ਦਾ ਪਹਿਲਾ ਡਾਇਲੋਗ ਤੁਸੀਂ ਵੱਡੀ ਸਕਰੀਨ 'ਤੇ 29 ਮਾਰਚ 1935 ਨੂੰ ਸੁਣਿਆ ਸੀ, ਤਾਂ ਸਾਡੇ ਲਈ ਬੜੇ ਵੱਡੇ ਮਾਣ ਦੀ ਗੱਲ ਹੈ ਕਿ ਇਹ ਸਿਨੇਮਾ ਸਾਡਾ ਇੰਨਾ ਪੁਰਾਣਾ। ਵਿੱਚ ਦੀ ਚਾਹੇ ਕੁਛ ਵੀ ਹੋਇਆ, ਕੁਛ ਨਹੀਂ ਹੋਇਆ ਸਿਨੇਮੇ ਨਾਲ, ਅਪ ਡਾਊਨਸ ਆਏ ਜਾਂ ਜਿਵੇਂ ਵੀ ਹੋਇਆ, ਅਸੀਂ ਇੱਕ ਘਾਹ ਦੀ ਤਰ੍ਹਾਂ ਫਿਰ ਕਿਤੇ ਨਾ ਕਿਤੇ ਪੁੰਗਰੇ ਫਿਰ ਕਿਤੇ ਜਾ ਕੇ ਅੱਜ ਬਹੁਤ ਵੱਡਾ ਰੁੱਖ ਬਣਿਆ ਸਾਡਾ, ਜੀ 'ਤੇ ਤਰ੍ਹਾਂ ਤਰ੍ਹਾਂ ਦੀ ਵਰਾਇਟੀ ਦੀਆਂ ਚੀਜ਼ਾਂ ਨੇ। ਮੈਂ ਟਾਈਮ ਵੇਖਿਆ ਲੈਟਰ ਤੋਂ ਲੈ ਕੇ ਵਟਸਐਪ ਤੋਂ, ਉਦੋਂ ਵੀ ਐਡਵਾਂਸ ਜਿਹੜੀਆਂ ਚੀਜ਼ਾਂ ਨੇ, ਉਦੋਂ ਅਸੀਂ ਬਚਪਨ ਵੇਖਿਆ ਜਦੋਂ ਤਾਰ ਸਭ ਤੋਂ ਫਾਸਟ ਹੁੰਦਾ ਸੀਗਾ ਅਤੇ ਸਕਰੀਨ ਸਿੰਗਲ ਸਕਰੀਨ ਦੇ ਉੱਤੇ ਫਿਲਮ ਲੱਗਦੀ ਸੀ। ਉਦੋਂ ਬਾਅਦ ਕੈਸਟ ਤੋਂ ਲੈ ਕੇ DVD CD ਤੋਂ ਬਾਅਦ ਡਿਜੀਟਲ ਸਿਨੇਮਾ ਆਇਆ, ਯੂਟਿਊਬ, ਹੁਣ OTT। ਮੈਂ ਸਿਨੇਮੇ ਨੂੰ, ਪੰਜਾਬੀ ਮਿਊਜ਼ਿਕ ਨੂੰ ਬੱਚੇ ਤੋਂ ਜਵਾਨ ਹੁੰਦਾ ਵੇਖਿਆ ਕਿ ਇਹ ਕਿਸ ਤਰ੍ਹਾਂ ਕਿੰਨੇ ਪੜਾਵਾਂ ਦੇ ਵਿੱਚੋਂ ਲੰਘਿਆ, ਇੰਨੀਆਂ ਮਾਰਾਂ ਦੇ ਵਿੱਚੋਂ ਲੰਘ ਕੇ ਵੀ ਇਹ ਪੰਜਾਬੀ ਸਿਨੇਮਾ ਜੋ ਉਸ ਜਗ੍ਹਾ 'ਤੇ ਖੜ੍ਹਾ ਜਿੱਥੇ ਸਾਡੇ ਤੋਂ ਬਾਲੀਵੁੱਡ ਵਾਲੇ ਮੰਗਦੇ ਆ ਕਿ ਸਾਨੂੰ ਆਹ ਫਿਲਮ ਦੇ ਰਾਈਟ ਦੇ ਦਿਓ, ਇਹ ਅਸੀਂ ਹਿੰਦੀ 'ਚ ਡੱਬ ਕਰਨੀ ਆ, ਜਾਂ ਸਾਡੇ ਜਿਹੜੇ ਇੱਦੋਂ ਪੰਜਾਬ ਦੇ ਆਰਟਿਸਟ ਨੇ ਉਹ ਫਿਰ ਦੁਬਾਰਾ ਜਾ ਕੇ ਹਿੰਦੀ ਸਿਨੇਮਾ ਨੂੰ ਰੂਲ ਕਰਨ ਲੱਗੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਉਤਰਾਅ ਚੜ੍ਹਾਅ ਨੇ ਮੈਂ ਸਿਨੇਮੇ ਦੇ ਵਿੱਚ ਵੇਖੇ, ਅਤੇ ਜਦੋਂ 29 ਮਾਰਚ ਦਿਨ ਤੈਅ ਹੁੰਦਾ ਹੈ ਕਿ ਸਾਡਾ ਇਸ ਦਿਨ ਸਿਨੇਮਾ ਜੰਮਿਆ ਸੀ, ਇਸ ਦਿਨ ਪੈਦਾ ਹੋਇਆ ਸੀ, ਦੁਨੀਆ ਭਰ ਦੇ ਵਿੱਚ ਇਹ ਗੱਲ ਪਤਾ ਲੱਗੂਗੀ, ਸਾਡੇ ਲਈ ਕਿੰਨੀ ਮਾਣ ਵਾਲੀ ਗੱਲ ਹੈਗੀ ਹੈ। ਸੋ ਮੈਂ ਦੱਸ ਦੇਣਾ ਚਾਹੁੰਦਾ ਜਿੰਨੇ ਵੀ ਓਰੀਜਨਲ ਸਿਨੇਮਿਆਂ ਦੇ ਜਾਂ ਸਾਊਥ ਸਿਨੇਮਿਆਂ ਦੇ ਫੈਨ ਨੇ ਜਾਂ ਹੋਰ ਨੇ ਕਿ ਸਾਡਾ ਸਿਨੇਮਾ ਉਸ ਪੜਾਅ 'ਤੇ ਪੁੱਜ ਚੁੱਕਿਆ, ਇਹ ਪਤਾ ਵੀ ਲੱਗ ਚੁੱਕਿਆ ਕਿੰਨਾ ਪੁਰਾਣਾ ਹੈ, ਅਤੇ ਉਸ ਜਗ੍ਹਾ 'ਤੇ ਪੁੱਜ ਵੀ ਚੱਲਿਆ ਕਿ ਤੁਹਾਡੀਆਂ ਫਿਲਮਾਂ ਜਿਹੜੀਆਂ ਨੇ ਸਾਡੇ ਅੱਗੇ ਬਹੁਤ ਛੋਟੀਆਂ ਲੱਗਣਗੀਆਂ। ਭਾਅ ਜੀ, ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਵੀ ਅੱਜ ਬਹੁਤ ਜ਼ਿਆਦਾ ਅਸੀਂ ਅੱਗੇ ਪਹੁੰਚ ਚੁੱਕੇ ਹਾਂ, ਪੰਜਾਬੀ ਸਿਨੇਮੇ ਨੂੰ ਬਹੁਤ ਅੱਗੇ ਲੈ ਕੇ ਆਏ ਹਾਂ, ਬੋਲੀਵੁੱਡ ਵਾਲੇ ਰਾਈਟ ਮੰਗ ਰਹੇ ਨੇ, ਮੈਂ ਦੋ ਐਕਟਰਾਂ ਨੂੰ ਇੱਦਾਂ ਨੂੰ ਜਾਣਦਾ ਨਾ, ਪਰਸਨਲੀ ਮੇਰੀ ਉਹਨਾਂ ਨਾਲ ਦੋਸਤੀ ਵੀ ਹੈਗੀ ਹੈ ਅਤੇ ਬਹੁਤ ਉਹਨਾਂ ਦਾ ਚੰਗਾ ਨਾਮ ਵੀ ਹੈਗਾ ਪੰਜਾਬੀ ਇੰਡਸਟਰੀ ਦੇ ਵਿੱਚ। ਉਹ ਕਹਿੰਦੇ ਵੀ ਯਾਰ ਅਸੀਂ ਪੰਜਾਬੀ ਇੰਡਸਟਰੀ ਤੋਂ ਖੁਸ਼ ਨਹੀਂ ਹੈਗੇ, ਉਹ ਕਹਿੰਦੇ ਵੀ ਅਸੀਂ ਮਿਹਨਤ ਵੀ ਕਰਦੇ ਹਾਂ, ਅਸੀਂ ਚੰਗੇ ਐਕਟਰ, ਲੋਕ ਕਹਿੰਦੇ ਉਹਨਾਂ ਨੂੰ ਚੰਗੇ ਐਕਟਰ, ਪਰ ਉਹ ਮਰਤਬਾ ਨਹੀਂ ਮਿਲ ਪਾਉਂਦਾ। ਕੀ ਕਰਤਾਰ 'ਚ ਮੈਨੂੰ ਵੀ ਇੱਦਾਂ ਲੱਗਦਾ? ਦੇਖੋ, ਇਹ ਆਪਣੀ ਸੋਚ ਆ, ਤੁਸੀਂ ਉਹਨੂੰ ਪੋਜ਼ਿਟਿਵ ਰੱਖਣਾ ਜਾਂ ਉਹਨੂੰ ਨੈਗੇਟਿਵ ਥੋਟ 'ਤੇ ਲੈ ਕੇ ਜਾਣਾ। ਜੇ ਕਰਤਾਰ 'ਚ ਮਾਂ ਕੀਰਨੇ ਪਾਉਣ ਲੱਗ ਜਾਵੇ ਕਿ ਮੇਰਾ ਨਹੀਂ ਕੁਛ ਬਣਿਆ ਜਾਂ ਹੋਰ ਨਹੀਂ ਬਣਿਆ, ਅੱਜ ਮੈਨੂੰ 20 ਸਾਲ ਹੋ ਗਏ ਸਿਨੇਮੇ ਦੇ ਵਿੱਚ ਆਏ ਨੂੰ, ਅਤੇ ਅੱਜ ਜਾ ਕੇ 2013 ਦੇ ਵਿੱਚ ਸਿਕੰਦਰ 1 ਅਤੇ 2000 ਆ ਲਾਸਟ ਸਿਕੰਦਰ 2 ਸੁਪਰ ਹਿੱਟ ਫਿਲਮਾਂ ਹੁੰਦੀਆਂ ਨੇ ਜੋ ਲੋਕ ਜਾਣਿਆ ਜਾਂਦਾ ਹੈਗਾ। ਤੁਸੀਂ
ਇੱਕ ਕਲਾਕਾਰ ਜਾਂ ਕੋਈ ਵੀ ਧੰਦਾ, ਕੋਈ ਵੀ ਇਨਸਾਨ ਜੋ ਚੂਜ਼ ਕਰਦਾ ਉਹਨੂੰ ਉਮਰ ਦੇ ਕੇ ਜਾਂਦਾ। ਆਪਾਂ ਕਹਿੰਦੇ ਸਟਾਰਾਂ ਦੇ ਬੱਚੇ ਸਟਾਰ ਬਣਦੇ ਆ, ਉਹਨਾਂ ਦੇ ਮਾਂ ਪਿਓ ਨੇ ਆਪਣੀਆਂ ਉਮਰਾਂ ਦਿੱਤੀਆਂ ਸਿਨੇਮੇ ਨੂੰ, ਠੀਕ ਹੈ। ਜਿਨ੍ਹਾਂ ਨੇ ਆਪਣੀ ਉਮਰ ਉਸ ਸਿਨੇਮੇ ਦੇ ਨਾਲ ਹੰਢਾਤੀ, ਉਹਨਾਂ ਦੇ ਬੱਚੇ ਕਿਉਂ ਨਹੀਂ ਆਉਣਗੇ, ਠੀਕ ਹੈ ਨਾ। ਪਰ ਜਿਹੜਿਆਂ 'ਚ ਟੇਲੈਂਟ ਹੈਗਾ ਇੱਥੋਂ ਬਿਗਨਰਸ ਨੇ, ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਕਦੇ ਉਹ ਵੀ ਬਿਗਨਰ ਸੀ, ਇਹ ਵੀ ਬਿਗਨਰ ਨੇ, ਕਿ ਇਹਨਾਂ ਨੂੰ ਵੀ ਚਾਂਸ ਦਈਏ, ਕਿ ਜੈਲਸੀ ਫੈਕਟਰ ਨਹੀਂ ਆਉਣਾ ਚਾਹੀਦਾ। ਸਮਟਾਈਮ ਜਿਹੜਾ ਮੇਰੇ ਵਰਗਾ ਪਿੰਡੋਂ ਆਇਆ ਬੰਦਾ ਉਹ ਚੰਗਾ ਕੰਮ ਕਰ ਜਾਂਦਾ, ਦੂਜੇ ਤੋਂ ਨਹੀਂ ਹੁੰਦਾ। ਸੋ ਸਿਨੇਮਾ ਹਰ ਇੱਕ ਬੰਦੇ ਨੂੰ ਚਾਂਸ ਦਿੰਦਾ, ਇਹਦੇ ਲਈ ਤੁਹਾਨੂੰ ਸਬਰ ਰੱਖਣਾ ਪੈਂਦਾ, ਮਿਹਨਤ ਰੱਖਣੀ ਪੈਂਦੀ ਹੈ। ਤੁਸੀਂ, ਮੈਂ ਜੇ ਇਗਜ਼ਾਮਪਲਾਂ ਚੱਕਣ ਲੱਗ ਜਾਂ, ਥਾਊਜ਼ੈਂਡਸ ਆਫ ਇਗਜ਼ਾਮਪਲ ਨੇ ਬਾਲੀਵੁੱਡ ਦੇ ਵਿੱਚ, ਹਾਲੀਵੁੱਡ ਦੇ ਵਿੱਚ, ਜਿਹੜੇ ਚਾਈਲਡ ਆਰਟਿਸਟ ਸੀਗੇ, ਜਵਾਨੀ 'ਚ ਨਹੀਂ ਚੱਲੇ, ਜਵਾਨੀ ਦੇ ਆਰਟਿਸਟ ਸੀਗੇ ਉਹ ਬੁਢਾਪੇ 'ਚ ਨਹੀਂ ਚੱਲੇ, ਅਤੇ ਜਿਹੜੇ ਅੱਗੇ ਬੁਢਾਪੇ 'ਚ ਚੱਲੇ ਉਹ ਮਰੇ ਵੀ ਸੈੱਟ 'ਤੇ। ਸੋ ਸਿਨੇਮਾ ਹੈ ਚਾਹੇ ਕੋਈ ਵੀ ਚੀਜ਼ ਹੈਗੀ ਆ, ਕਿਸੇ ਵੀ ਤਰ੍ਹਾਂ ਦੀ ਕਲਾ, ਉਹ ਤੁਹਾਡੀ ਡੈਡੀਕੇਸ਼ਨ ਮੰਗਦੀ ਹੈ, ਤੁਹਾਡਾ ਸਮਰਪਣ ਮੰਗਦੀ ਹੈ, ਤੁਹਾਡਾ ਵਕਤ ਮੰਗਦੀ ਹੈ, ਤੁਹਾਡੀ ਇਮਾਨਦਾਰੀ ਮੰਗਦੀ ਹੈ, ਤੁਹਾਡੀ ਪੰਕਚੁਅਲਿਟੀ ਮੰਗਦੀ ਹੈ। ਤਲੀ 'ਤੇ ਰੱਖ ਕੇ ਕਦੇ ਨਹੀਂ ਕਿਸੇ ਨੂੰ ਕੁਛ ਮਿਲਦਾ ਹੈਗਾ। ਅੱਛਾ ਜੀ, ਐਕਟਰ ਚੰਗਾ ਹੋਵੇ, ਸਪੋਜ਼ ਕਰੋ ਉਹ ਲੋਕ ਵੀ ਇਸ ਵਕਤ ਵੇਖ ਰਹੇ ਹੋਣੇ ਇੰਟਰਵਿਊ, ਐਕਟਰ ਚੰਗਾ ਹੋਵੇ ਤਾਂ ਪਰ ਚੱਲੇ ਨਾ, ਉਹ ਕੀ ਕਿੱਥੇ ਕਮੀ ਹੈ ਕਿ ਉਹ ਚੂਜ਼ ਸਹੀ ਨਹੀਂ ਕਰਦਾ, ਕਿ ਉਹਦਾ ਵਰਤਾਰਾ ਸਹੀ ਨਹੀਂ ਆ, ਕੀ ਲੱਗਦਾ ਤੁਹਾਨੂੰ? ਦੇਖੋ, ਸਫਲਤਾ ਅਤੇ ਅਸਫਲਤਾ ਦੁਨੀਆ ਦੇ ਵਿੱਚ ਦੋ ਪਹਿਲੂ ਗੱਲ ਕਰ ਰਹੇ ਹਾਂ, ਇਹ ਇਕੱਲੀ ਉਹਨਾਂ ਵਾਸਤੇ ਨਹੀਂ, ਸਫਲਤਾ ਅਤੇ ਅਸਫਲਤਾ ਦੁਨੀਆ ਦੇ ਦੋ ਪਹਿਲੂ ਨੇ, ਠੀਕ ਹੈ ਨਾ। ਅੱਜ ਬੰਬੇ ਰੋਜ਼ 10,000 ਬੰਦਾ ਉਤਰਦਾ ਹੋਊਗਾ, 5,000 ਬੰਦਾ ਉਤਰਦਾ ਹੋਊਗਾ, ਜਿਸ 'ਚੋਂ ਦੋ ਸਕਸੈਸ ਹੁੰਦੇ ਨੇ। ਉਹਨਾਂ ਦੋ ਸਕਸੈਸ ਨੂੰ ਵੇਖ ਕੇ ਪੰਜਾਬ ਜਾਂ ਸਾਰੀ ਦੁਨੀਆ ਦੇ ਵਿੱਚ ਲੱਖਾਂ ਮੁੰਡੇ ਫਿਰ ਖਾਬ ਸਜਾਉਂਦੇ ਨੇ ਕਿ ਅਸੀਂ ਐਕਟਰ ਬਣਨਾ, ਠੀਕ ਹੈ। ਸੋ ਸਫਲਤਾ ਅਤੇ ਅਸਫਲਤਾ ਤੁਹਾਡੀ ਜ਼ਿੰਦਗੀ ਦੇ ਜਾਂ ਇੱਕ ਸਿੱਕੇ ਦੇ ਦੋ ਪਹਿਲੂ ਨੇ, ਕਿਹਦੇ ਹੱਥ ਕੀ ਲੱਗਦਾ ਉਹ ਤੁਹਾਡੀ ਮਤਲਬ ਕਿਸਮਤ ਡਿਸਾਈਡ ਕਰਦੀ ਹੈ, ਤੁਹਾਡਾ ਹਾਰਡ ਵਰਕ ਡਿਸਾਈਡ ਕਰਦਾ, ਜਾਂ ਸਹੀ ਮੌਕਾ ਨਹੀਂ ਮਿਲਿਆ ਡਿਸਾਈਡ ਕਰਦਾ, ਜਾਂ ਤੁਸੀਂ ਕਿਤੇ ਨਾ ਕਿਤੇ ਆਪਣੇ ਕਿੱਤੇ ਨੂੰ ਲੈ ਕੇ ਡਿਸਓਨੈਸਟ ਹੋਏ ਹੁੰਦੇ ਹੋ, ਚੰਗੀਆਂ ਚੀਜ਼ਾਂ ਨਹੀਂ ਚੂਜ਼ ਕੀਤੀਆਂ ਹੁੰਦੀਆਂ, ਜਾਂ ਉਹ ਮੈਟਰ ਕਰਦਾ। ਇੱਕ ਭਾਈ, ਮੈਨੂੰ ਅੰਦਰਲੀ ਗੱਲ ਦੱਸੋ ਜੀ, ਸਿਨੇਮੇ ਦੀ ਸੁਣਨ 'ਚ ਤਾਂ ਇਹ ਆਉਂਦਾ ਆ ਵੀ ਅਮਿਤਾਭ ਬੱਚਨ ਨੂੰ ਵੀ ਕੰਮ ਮੰਗਣਾ ਪੈਂਦਾ ਆ, ਪਰ ਮੈਨੂੰ ਦੱਸੋ ਵੀ ਕਰਤਾਰ 'ਚ ਮੈਨੂੰ ਕਦੇ ਲੋੜ ਪਈ ਇੱਦਾਂ ਵੀ ਯਾਰ ਤੂੰ ਫਿਲਮ ਬਣਾ ਰਿਹਾ ਯਾਰ, ਥੋੜ੍ਹਾ ਜਿਹਾ ਮੇਰਾ ਧਿਆਨ ਰੱਖੀ, ਕਦੇ ਇੱਦਾਂ ਹੋਇਆ ਜੀ? ਦੋ ਚੀਜ਼ਾਂ ਨੇ, ਜਾਂ ਤਾਂ ਜਾ ਕੇ ਹੱਥ ਪੈਰ ਜੋੜ ਕੇ ਕੰਮ ਮੰਗ ਲਓ, ਅਤੇ ਜਾਂ ਲੋਕਾਂ ਦੀ ਲੋੜ ਬਣ ਜਾਓ, ਠੀਕ ਹੈ। ਮੈਂ ਲੋੜਵੰਦ ਦੇ ਵਿੱਚ ਵਿਸ਼ਵਾਸ ਰੱਖਦਾ, ਸੋ ਮੈਨੂੰ ਲੱਗਦਾ ਕਿ ਹੁਣ ਜਿਹੜਾ ਦੌਰ ਚੱਲਿਆ ਉਹਦੇ ਵਿੱਚ ਮੇਰੀ ਲੋੜ ਮਹਿਸੂਸ ਹੁੰਦੀ ਹੈ ਕਿ ਐਕਸ਼ਨ ਫਿਲਮ 'ਚ ਕਰਤਾਰ ਚੀਮਾ ਹੋਣਾ ਚਾਹੀਦਾ। ਜਿੱਥੇ ਮੇਰੀ ਲੋੜ ਨਹੀਂ ਸੀਗੀ ਕਮੇਡੀ ਦੇ ਵਿੱਚ, ਜਾਂ ਜੋ ਵੀ ਦੌਰ ਜ਼ੋਨਰ ਹਰ ਫਿਲਮ ਦੇ ਅੱਡ ਅੱਡ ਜ਼ੋਨਰ ਨੇ, ਕੈਨਵਸ ਨੇ, ਉੱਥੇ ਮੈਂ ਨਹੀਂ ਜਾ ਕੇ ਮੰਗਿਆ ਕੰਮ। ਮੇਰੀ ਮਾਤਾ ਇੱਕ ਗੱਲ ਕਹਿੰਦੀ ਹੁੰਦੀ, ਮੰਗਣਾ ਪੁੱਤ ਰੱਬ ਤੋਂ ਮੰਗ, ਜਿਹੜਾ ਦੇ ਕੇ ਤੇਰੇ ਤੋਂ ਵਾਪਸ ਨਾ ਮੰਗੇ ਜਾਂ ਤੈਨੂੰ ਮਿਹਣਾ ਨਾ ਮਾਰੇ। ਭਾਅ ਜੀ, ਮੈਂ ਤੁਹਾਡੀ ਵੈਸੇ ਫਿਲਮਾਂ ਬਹੁਤ ਦੇਖਦਾ ਹਾਂ, ਅਤੇ ਮੈਂ ਤੁਹਾਨੂੰ ਪਿਆਰ ਵੀ ਬਹੁਤ ਜ਼ਿਆਦਾ ਕਰਦਾ ਹਾਂ, ਐਕਟਿੰਗ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ। ਮੈਂ ਫਿਲਮ ਦੇਖੀ ਸੀ ਮਿੱਟੀ ਨਾ ਫਰੋਲ ਜੋਗਿਆ, ਮੈਨੂੰ ਉਹ ਵੀ ਵਧੀਆ ਲੱਗੀ ਸੀਗੀ, ਮੈਨੂੰ ਸਿਕੰਦਰ 2 ਵੀ ਵਧੀਆ ਲੱਗੀ ਸੀਗੀ, ਅਤੇ ਮੈਨੂੰ ਸਿੰਘਮ ਦੇ ਵਿੱਚ ਤੁਹਾਡਾ ਕਰੈਕਟਰ ਵੀ ਵਧੀਆ ਲੱਗਿਆ ਸੀਗਾ। ਪਰ ਜੀ, ਮੈਂ ਕਰਤਾਰ 'ਚ ਮੈਨੂੰ ਪੁੱਛਾਂ ਕਿ ਪ੍ਰਿਓਰਟੀ ਕਿਹੜੀ ਸਕ੍ਰਿਪਟ ਨੂੰ ਦਿੰਦੇ ਹੋ, ਕਿਸ ਤਰ੍ਹਾਂ ਦੇ ਜ਼ੋਨਰ ਨੂੰ ਪ੍ਰਿਓਰਟੀ ਦਿੰਦੇ ਹੋ? ਜ਼ੋਨਰ ਦੇਖੋ, ਸਿਨੇਮੇ ਦੇ ਵਿੱਚ ਕੋਈ ਜ਼ੋਨਰ ਨਹੀਂ ਹੁੰਦਾ, ਹਰ ਤਰ੍ਹਾਂ ਦਾ ਸਿਨੇਮਾ ਬਣਨਾ ਚਾਹੀਦਾ। ਜੇ ਕਮੇਡੀ ਚੱਲਣਗੀਆਂ ਅਤੇ ਨਾਲ ਐਕਸ਼ਨ ਆਉਣਗੀਆਂ ਤਾਂ ਐਕਸ਼ਨ ਨੂੰ ਅਹਿਮੀਅਤ ਮਿਲੂਗੀ। ਜੇ ਹੁਣ ਤੁਸੀਂ ਮਾਰਕੀਟ ਜਾਂਦੇ ਹੋ, ਉੱਥੇ ਲੱਗੀਆਂ ਸਾਰੀਆਂ ਕੇਲਿਆਂ ਦੇ ਰੇੜੀਆਂ ਹੋਈਆਂ ਨੇ, ਖਰੀਦੋਗੀ, ਠੀਕ ਹੈ। ਹਰ ਤਰ੍ਹਾਂ ਦਾ ਸਿਨੇਮਾ ਬਣਨਾ ਚਾਹੀਦਾ, ਅਤੇ ਜਦੋਂ ਮੈਨੂੰ ਲੱਗਦਾ ਕਿ ਮੇਰਾ ਕਿਰਦਾਰ ਇਹਦੇ ਵਿੱਚ ਸੂਟ ਕਰਦਾ, ਜੱਚਦਾ ਮੈਨੂੰ, ਅਤੇ ਮੈਂ ਕਰਨਾ ਚਾਹੁੰਦਾ। ਬਾਕੀ ਕਦੇ ਹਰੀ ਸਿੰਘ ਨਲੂਆ ਜਾਂ ਕੋਈ ਇਤਿਹਾਸਿਕ ਕਰੈਕਟਰ ਇਹੋ ਜਿਹੇ ਕਰਨ ਨੂੰ ਮਿਲੇ ਭਗਤ ਸਿੰਘ ਇਹਨਾਂ ਦੇ, ਅਤੇ ਉਹ ਮੇਰੇ ਡ੍ਰੀਮ ਪ੍ਰੋਜੈਕਟ ਹੋਣਗੇ, ਉਦੋਂ ਬਾਅਦ ਤਾਂ ਭਾਵੇਂ ਰੱਬ ਚੱਕ ਹੀ ਲਵੇ। ਦਿਲ ਦੇ ਵਿੱਚ ਕੋਈ ਗੱਲ ਹੋਵੇ ਸ਼ਾਇਦ ਮੈਂ ਨਾ ਪੁੱਛੀ ਹੋਵੇ, ਮੈਨੂੰ ਪੁੱਛਣੀ ਨਾ ਆ ਰਹੀ ਹੋਵੇ, ਤਾਂ ਜਿਹੜੇ ਤੁਹਾਡੇ ਦਰਸ਼ਕ ਨੇ ਤੁਹਾਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ? ਨਹੀਂ ਜੀ, ਮੈਂ ਤਾਂ ਇਹੀ ਆ ਵੀ ਜਿੰਨਾ ਵੀ ਸਿਨੇਮਾ ਦੀ ਓਕੂਪੈਂਸੀ ਖੁੱਲ੍ਹੀ ਆ ਜਾਂ ਖੁੱਲ੍ਹਣ ਵਾਲੀ ਆ, ਇੱਕ ਵਾਰੀ ਐਫਰਟ ਕਰੋ, ਜਾ ਕੇ ਸਿਨੇਮਿਆਂ ਦੇ ਵਿੱਚ ਗੇੜਾ ਮਾਰੋ, ਜਾਂ ਹੋਰ ਉਸ ਤਰੀਕੇ ਨਾਲ ਜਾਓ, ਘਰਾਂ ਦੇ ਵਿੱਚੋਂ ਨਿਕਲੋ,
ਤਾਂ ਕਿ ਹਰ ਤਰ੍ਹਾਂ ਦੇ ਰੁਜ਼ਗਾਰ ਨੇ, ਸਾਡਾ ਵੀ ਸਿਨੇਮਾ ਰੁਜ਼ਗਾਰ ਹੈਗਾ, ਤੁਹਾਡਾ ਹਰ ਤਰ੍ਹਾਂ ਦੇ ਰੁਜ਼ਗਾਰ ਚੱਲਦੇ ਹੁੰਦੇ ਆ, ਅਤੇ ਜਿਹੜੀ ਜੀਵਿਕਾ ਹੈ, ਜੀਵਨ ਹੈ, ਉਹ ਧੰਦਿਆਂ ਦੇ ਕਿੱਤਿਆਂ ਦੇ ਸਿਰ 'ਤੇ ਹੀ ਚੱਲਦਾ। ਜਦੋਂ ਕਿਸੇ ਦਾ ਕਿੱਤਾ ਨਹੀਂ ਚੱਲਦਾ ਤਾਂ ਉਹ ਮਤਲਬ ਇਨਸਾਨ ਦਾ ਜੀਣਾ ਜਾਂ ਦੁਨੀਆ 'ਚ ਵਿਚਰਨਾ ਉਹ ਹਰ ਤਰ੍ਹਾਂ ਪੱਖੋਂ ਮੁਸ਼ਕਲ ਹੋ ਜਾਂਦਾ। ਸੋ ਦੁਨੀਆ ਦੇ ਵਿੱਚ ਜੇ ਰੱਬ ਹੈਗਾ ਤਾਂ ਉਹ ਇੱਕ ਦੂਜੇ ਦੇ ਵਿੱਚ ਹੀ ਆ। ਜੇ ਸਾਨੂੰ ਕਣਕ ਚਾਹੀਦੀ ਆ ਉੱਥੇ ਕਿਸਾਨ ਆ ਜਾਂਦਾ, ਸਾਨੂੰ ਲੋਹਾ ਚਾਹੀਦਾ ਉੱਥੇ ਲੁਹਾਰ ਆ ਜਾਂਦਾ, ਅਸੀਂ ਬਿਮਾਰ ਹਾਂ ਉੱਥੇ ਡਾਕਟਰ ਆ ਜਾਂਦਾ, ਅਸੀਂ ਇੱਕ ਦੂਜੇ ਦੀਆਂ ਜ਼ਰੂਰਤਾਂ ਪੂਰਨ ਕਰਨ ਵਾਲੇ ਲੋਕ ਹਾਂ। ਇਹ ਦੁਨੀਆ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਤੁਹਾਡੀ ਹਰ ਜ਼ਰੂਰਤ ਲਈ ਇੱਥੇ ਰੱਬ ਬਣ ਕੇ ਬੰਦਾ ਹੀ ਆਉਂਦਾ। ਸੋ ਸਿਨੇਮਿਆਂ ਤੱਕ ਪਹੁੰਚੋ, ਆਪਣੀ ਸੇਫਟੀ ਰੱਖ ਕੇ, ਜਦੋਂ ਵੀ ਕੋਈ ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ, ਐਟਲੀਸਟ ਆਪਣੀ ਪੰਜਾਬੀ ਬੋਲੀ ਨੂੰ ਧੱਕਾ ਲਾਉਣ ਲਈ, ਪ੍ਰੋਡਿਊਸਰਸ ਬਚਾਉਣ ਲਈ, ਆਰਟਿਸਟ ਬਚਾਉਣ ਲਈ ਇੱਕ ਵਾਰੀ ਜਿੰਨੇ ਵੀ ਥੋੜ੍ਹੇ ਬਹੁਤੇ ਐਫਰਟ ਹੁੰਦੇ ਨੇ ਜ਼ਰੂਰ ਕਰੋ। ਥੈਂਕ ਯੂ ਸੋ ਮਚ। ਦਿਲ ਦੇ ਵਿੱਚ ਬਹੁਤ ਸਾਰੇ ਸਵਾਲ ਹੋਰ ਵੀ ਸੀਗੇ, ਲੇਕਿਨ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਾਂਗੇ ਆਪਾਂ, ਅਤੇ ਥੈਂਕ ਯੂ ਸੋ ਮਚ ਤੁਹਾਡੇ ਨਾਲ ਗੱਲ। ਯੂ ਵੈਲਕਮ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਾਡੇ ਨਾਲ ਕਰਤਾਰ ਚੀਮਾ ਇਸ ਵਕਤ ਮੌਜੂਦ ਸੀਗਾ, ਜਿਹਦੇ ਨਾਲ ਅਸੀਂ ਮੁਲਾਕਾਤ ਕੀਤੀ ਹੈ। ਮੁਲਾਕਾਤ ਕਿਵੇਂ ਦੀ ਲੱਗੀ, ਕੀਮਤੀ ਪ੍ਰਤੀਕਿਰਿਆ ਜ਼ਰੂਰ ਪਹੁੰਚਾਉਣਾ। ਥੈਂਕ ਯੂ ਸੋ ਮਚ।